साल्ज़बर्ग का म्यूजियम है, म्यूजियम इसे कहते हैं फ्राई लिख्त म्यूजियम, फ्री लाइट म्यूजियम की जहाँ ओपन एयर। तो इतने ट्रेन भी जल्दी दसने तुम्हें हूँ दूआ पार्ट, ये बनी दी पटरी निक्की ट्रेन चलती है इतने। तो जो लोग रेला च बौना चाहन जे ट्रेन आ जाओ तो रुक जाओ। तो हरन मारी जाएगा पक्का कि सारा ही जिन्नियां बिल्डिंगां बनी दियां ने सब 200 साल 100 साल 300 साल इन्हां पुरानियां ने कोई 500 साल। तो दसने तुसीं होर ये बेला चढ़ने वास्ते लगी दियां टांगे लकड़ी दे। उधरों पोइए एकड़ा स्टेशन है, इत्थे रुकदी है। ये रेलवे स्टेशन इत्थे बने दा, ये म्यूजियम फैले दा कोई 10-7 किलोमीटर बिच। ते दो ट्रेनां चलदियां ने बस, एक आने वाली एक जाने वाली। ते ये बने दा रेस्टोरेंट, मैं तुहानू बी चीज़ां दस्सनियां इधर दियां। दिखो गूगल बिच शांति सिमर भाई जैकेट ये बने दा मजा आ रहा है, मजा मजा आया। हम इधर आते हैं साल च कोई 5-6 बारी आने इतने, न्याणे बड़ा मजा आता क्योंकि इतने हर पुराने जमाने चीज़ा होंदिया ने। तो जिंदे घर भी कोई चीज़ पेदी होने गौरमेंट खरीदी लैंदी है, जां लोग अपनी खुशी कन्नै देई उड़दे भाई लोग तकन पिछले पुराने जमाने कनेहा कनेहा होंदा हा सिस्टम। ये घाह कट्ठे करने वाली मशीन है, घाह कट्ठा करने वाली घोड़े कने जुगड़ी है, कहते कि लगते घोड़े। ये बनी दी है जी, सो 1900 कुछ बनी दी है। तो दसने इतने पूरा लिखे होना यदा जुगाड़ खैल। तो दसने भले पुराने जमाने जी बाड़ लगती ना लोगों के घरें विकने की बाड़ होंगी, इक्की होंगी कि बनी दी रस्सिया, एक नहीं होंगी डंगे वाली डंगे। तो यह गेट होंगे जल्द बने का, ये देखो कि बनाई दी पत्थरें वाली। ये मतलब लोग अपने घर के आले दुआले बाड़ लाई उठते भाई जंगली जानवर जो कोई नहीं आन डंगरे वास्ते, कहीं अपने घर बचाने वास्ते। फिर ये मॉडर्न होता गया टाइम, फिर इली बन ली पी शैल जा।
ਗਾਰਡਨ ਸੋਨ ਸਦਨ ਇਹ ਬਿਲਡਿੰਗ ਦਾ ਸਾਡਾ ਕਦੋਂ ਦੀ ਬਣੀ ਦੀ ਹੈ ਸੋਨ ਸਫਤੇ ਇਹ ਕੀ ਹੈ ਘਾਹ ਇਕੱਠਾ ਕਰਨ ਵਾਲੀ 1950 ਦੀ ਬਣੀ ਦੀ ਹੈ ਕੈਂਥਨ ਇੱਕ ਸ਼ਹਿਰ ਹੈ ਜਿੱਥੇ ਮੇਰੇ ਸਹੁਰੇ ਨਾ ਉੱਥੋਂ ਆਈ ਦੀ ਇਹ ਮਸ਼ੀਨ ਕਿਉਂਕਿ ਕਿਤੇ ਵੀ ਕੋਈ ਚੀਜ਼ ਪੈਦੀ ਹੋਵੇ ਤਾਂ ਉਹਨੇ ਲੈਣੀ ਹੁੰਦੀ ਹੈ ਆਪਣੇ ਕੋਲ ਇਹ ਬਣੀ ਦੀ ਹੈ ਬਿਲਡਿੰਗ ਵੀ 1788 ਦੀ ਇਹ ਦੇਖ ਸਕਦੇ ਹੋ 1788 ਦੀ ਬਣੀ ਦੀ ਹੈ ਡਬਲ ਸਟੋਰੀ ਘਾਹ ਇਕੱਠਾ ਕਰਨ ਵਾਲੀ ਅਤੇ ਇੱਕ ਇਹ ਘਰ ਬਣੇ ਦਾ ਵੀ ਪੁਰਾਣੇ ਜ਼ਮਾਨੇ ਦਾ ਦੱਸਿਆ ਇਹ ਬਣੀ ਦੀ ਖੁਰਲੀ ਬਾਹਰ ਡੰਗਰੇ ਜੀ ਪਾਣੀ ਪੀਣ ਵਾਲੀ ਲੱਕੜੀ ਦਾ ਪੂਰਾ ਉਹ ਦਰਖਤ ਹੀ ਕੱਟੀਏ ਦੇ ਸੀ ਕਿਤੇ ਦਾ ਅਤੇ ਇਹ ਜਿਹੜੀ ਬਿਲਡਿੰਗ ਨਾ ਇੱਥੇ ਤੁਸੀਂ ਬਾਜਾਂ ਵੀ ਕੱਢੀ ਦੱਸਣ ਭਲਾ ਕਿਹੜੀਆਂ ਬਾਜਾਂ ਨਹੀਂ ਘਰਾਂ 'ਚ ਇੰਝ ਲੱਗਾ ਦੇ ਅੱਗ ਬੜਾ ਵੀ ਹੁੰਦੀ ਹੈ ਇਹ ਕੰਨੇ ਕਹਿੰਦੇ ਰੋਟੀ ਬਣਾਉਂਦੇ ਕੰਨਾ ਇਹ ਕਮਰਾ ਘਰ ਵੀ ਗਰਮ ਕਰਦਾ ਅਤੇ ਇੰਨੀਆਂ ਲੋਕਾਂ ਛੱਤੀ ਪਰ ਹੁੰਦੀ ਢੱਗੀ ਦੀਆਂ ਪਲੇਟਾਂ ਕੱਪ ਅਤੇ ਇਹ ਬਣੀ ਹੁੰਦੀ ਬੋਣੇ ਵਾਲੀ ਜਗ੍ਹਾ ਅਤੇ ਇਹ ਮਕਾਨ ਬਣੇ ਦਾ 1862 ਦਾ ਬਣੇ ਦਾ ਘਰ ਅਤੇ ਰੈਸਟੋਰੇਸ਼ਨ ਹੋਈ ਫਿਰ 83 'ਚ ਡਿਸਮੈਂਟਲ ਕਰੀਏ ਫਿਰ ਇਹਨੇ ਇੱਥੇ ਲਾਇਆ ਸੀ 1983 ਵਿੱਚ ਇਹ ਘਰ ਇਹ ਦੁੱਧ ਕੱਢਣ ਵਾਲੀ ਮਸ਼ੀਨ ਹੋ ਜਿਹੜੀ ਹੁੰਦੀ ਸੀ ਸਾਡੇ ਹਲੇ ਵੀ ਚਲਾਉਂਦੀ ਹੈ ਲੇਕਿਨ ਇਹ 1900 ਦੀ ਇਹ ਧਾਰ ਕੱਢਣ ਵਾਲੀ ਮਸ਼ੀਨ ਇਹ ਜਿਹੜੀ ਅਤੇ ਕਰੀਮ ਕੱਢਣ ਵਾਲੀ ਅਤੇ ਥੱਲੇ ਬਣਿਆ ਡੰਗਰਿਆਂ ਵਾਲਾ ਹਾਲ ਕਮਰਾ ਅਤੇ ਇੱਧਰ ਵੀ ਡੰਗਰਿਆਂ ਦੀ ਖੁਰਲੀ ਬਣੀ ਦੀ ਹੈ ਪੱਕੀ ਅਤੇ ਬਾਜਾਂ ਜਾਂ ਆਂਗਣ ਜਾਂ ਕੋਈ ਰੇੜੀ ਚਲਾ ਹੁੰਦਾ ਇਹ ਬਣੀ ਦੀ ਖੁਰਲੀ ਪੱਕੀ ਡੰਗਰੇ ਦੀ ਬਾਜਾਂ ਵੀ ਆਂਗਣ ਇੱਥੇ ਅਤੇ ਇੰਨਾ ਵਰਗੇ ਪਾਏ ਦੇ ਨੇ ਸਾਫ਼ ਸੁਥਰੇ ਅਤੇ ਇਹ ਡੰਗਰੇ ਦਾ ਬਣਿਆ ਕਮਰਾ ਉੱਥੇ ਥੱਲੇ ਲੱਕੜੀ ਲੱਗੀ ਥੱਲੇ ਪਾਣੀ ਦੀ ਆਵਾਜ਼ ਆ ਰਹੀ ਹੈ ਇਹ ਅਗੂਆਂ ਦੇ ਪੱਥਰ ਨੇ ਸਾਰੇ ਲੱਗੇ ਹੋਏ ਬਾਕਿ ਐਜ ਇਟ ਇਜ਼ ਉਹਨੇ ਲਿਆਈਏ ਨਾ ਇੱਧਰ ਅਤੇ ਉਹ ਲਿਆ ਕੇ ਬਣਾਈ ਉੜੇਦਾ ਜਿਵੇਂ ਉੱਥੋਂ ਪੁੱਟੀ ਜਾਂਦਾ ਨਹੀਂ ਨੰਬਰਿੰਗ ਕਰੀਏ ਜਿਵੇਂ ਉੱਥੇ ਬਣੇ ਦਾ ਹੁੰਦਾ ਘਰ ਇੰਜੀ ਵਾਲਿਆ ਗਾ ਹੂ ਬਾਹੂ ਇੰਨਾ ਫਿੱਟ ਕਰੀ ਉੜਿਆ ਇੱਧਰ ਨੇ ਇਹ ਕੋਈ ਤਗੜੇ ਘਰ ਹੀ ਜਿਹੜੇ 1883 ਵਿੱਚ ਬਣੀ ਦਾ ਸੋ ਹਾਂਜੀ ਕਿੱਧਰ ਘਰ ਵੇਅਰ ਯੂ ਵਾਂਟ ਟੂ ਗੋ ਚਲੋ ਸੱਸ ਮੇਰੀ ਕਹਿੰਦੀ ਲਾਸਟ ਪਿਛਲੀ ਵਾਰੀ ਇੱਥੇ ਬੈਠੇ ਸੀ ਆ ਗਈ ਬੁੱਢੀ ਗੁੱਚੀ ਦੀ ਐਨਕ ਪਾ ਕੇ ਸਾਰੀਆਂ ਬਿਲਡਿੰਗਾਂ ਵੱਡੀ ਪੁਰਾਣੀਆਂ ਨੇ ਪੋਸਟ ਆਫਿਸ ਬਣੇ ਦਾ ਪੁਰਾਣੇ ਜ਼ਮਾਨੇ ਦਾ ਉਹਦੇ ਵਿੱਚ ਵੱਖਰੇ ਪਿੰਡ ਉਹਦੇ ਘਰਾਂ ਦੇ ਨਾਂ ਦੀ ਚਿੱਠੀ ਹੁੰਦੀ ਅਤੇ ਉਹਦੇ ਲਾਈ ਉੜਨੀ ਅਤੇ ਘਰ ਵਾਲੇ ਆਈਏ ਅਤੇ ਇਹ ਬਣ ਸੁਣੇ ਰੰਗ ਪਾਏ ਦੇਣੀ ਉਹਨੇ ਪਤਾ ਹੁੰਦਾ ਸੀ ਮੇਰਾ ਕਿਹੜਾ ਰੰਗ ਹੈ ਅਤੇ ਜੇ ਚਿੱਠੀ ਆਈ ਦੀ ਹੋਣੀ ਤਾਂ ਉਹਨੇ ਇੰਨਾ ਲਾਈ ਉੜਨੀ ਉਹਦੇ ਵਿੱਚ ਉਹਨੇ ਪਤਾ ਸੀ ਵੀ ਉਹਦੇ ਘਰ ਚਿੱਠੀ ਆਏ ਅਤੇ ਉਹ ਲੈ ਜਾਂਦੇ ਆਪਣੀ ਆਪੂ ਕੱਢੀਏ ਠੀਕ ਹੈ ਜੀ ਜੈ ਸੀਤਾਰਾਮ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਅਤੇ ਵੱਸਦੇ ਰਹੋ